ਸਤ ਸ੍ਰੀ ਅਕਾਲ ਜਿੰਨੇ ਵੀ ਦੋਸਤ ਸਾਡੇ ਇਸ ਚੈਨਲ ਨੂੰ ਵੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਸਰਦਾਰ ਜੱਸਾ ਸਿੰਘ ਰਾਮਗੜੀਆ ਦਾ ਇਲਾਕਾ ਬਟਾਲਾ ਦੇ ਆਸ-ਪਾਸ ਸੀ ਪਰ 1778 ਈਸਵੀ ਦੇ ਵਿੱਚ ਉਸ ਦੇ ਵੱਲੋਂ ਅਸਾਰ ਦਾ ਕਾਫੀ ਸਾਰਾ ਇਲਾਕਾ ਜਿੱਤਿਆ ਹੋਇਆ ਸੀ ਤੇ ਉੱਥੇ ਹੀ ਉਹ ਰਾਜ ਕਰ ਰਿਹਾ ਸੀ ਉਸ ਸਮੇਂ ਤੇ ਇੱਕ ਘਟਨਾ ਵਾਰਤ ਪਰਦੀ ਹੈ ਕਿ ਇੱਕ ਗਰੀਬ ਬ੍ਰਾਹਮਣ ਹੁੰਦਾ ਹੈ ਜਿਹੜਾ ਉਸ ਸਮੇਂ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਕੋਲ ਆਉਂਦਾ ਹੈ ਉਹ ਦੱਸਦਾ ਹੈ ਕਿ ਹਸਾਰ ਦਾ ਜਿਹੜਾ ਹਾਕਮ ਸੀ ਅਲੀ ਵੇਗ ਉਸ ਦੀਆਂ ਦੋ ਨੌਜਵਾਨ ਧੀਆਂ ਨੂੰ ਚੁੱਕ ਕੇ ਲੈ ਗਿਆ ਤੇ ਜਦੋਂ ਹੀ ਉਸ ਨੇ ਮਿੜਤ ਤਰਲਾ ਕੀਤਾ ਤਾਂ ਉਹ ਅੱਗੋਂ ਆਖਦਾ ਹੈ ਕਿ ਅਜਈਆਂ ਦੋ ਮੈਨੂੰ ਨੌਜਵਾਨ ਲੜਕੀਆਂ ਲਿਆ ਦੇ ਮੈਂ ਤੇਰੀਆਂ ਧੀਆਂ ਨੂੰ ਛੱਡ ਦੇਵਾਂਗਾ ਉਹ ਨਾਲ ਇਹ ਵੀ ਦੱਸਦਾ ਹੈ ਕਿ ਉਸ ਦੀ ਪਿੰਡ ਦੇ ਵਿੱਚੋਂ ਕਿਸੇ ਨੇ ਵੀ ਮਦਦ ਨਹੀਂ ਕੀਤੀ ਤੇ ਕੋਈ ਵੀ ਉਸ ਦੀ ਮਦਦ ਕਰਨ ਦੇ ਲਈ ਅੱਗੇ ਨਹੀਂ ਆਇਆ ਤੇ ਸਿਰਫ ਹੁਣ ਤੁਸੀਂ ਹੀ ਹੋ ਜੋ ਮੇਰੀ ਮਦਦ ਕਰ ਸਕਦੇ ਹੋ ਜੋ ਮੇਰੀਆਂ ਧੀਆਂ ਦੀ ਇੱਜ਼ਤ ਨੂੰ ਬਚਾ ਸਕਦੇ ਹੋ ਉਸ ਤੋਂ ਬਾਅਦ ਫਿਰ ਸਰਦਾਰ ਜੱਸਾ ਸਿੰਘ ਰਾਮਗੜੀ ਆਖਦੇ ਨੇ ਕਿ ਜੇਕਰ ਤੇਰੀਆਂ ਧੀਆ ਜਿਉਂਦੀਆਂ ਹੋਈਆਂ ਤਾਂ ਉਹ ਜ਼ਰੂਰ ਵਾਪਸ ਆਉਣਗੀਆਂ ਫਿਰ ਰਾਤ ਨੂੰ ਸਿੰਘਾਂ ਦੇ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਅਗਵਾਈ ਦੇ ਵਿੱਚ ਅਲੀ ਵੇਗ ਦੇ ਉੱਤੇ ਹਮਲਾ ਬੋਲਿਆ ਜਾਂਦਾ ਉਸ ਸਮੇਂ ਦੇ ਅਸਹਾਰ ਦੇ ਕਿਲੇ ਨੂੰ ਘੇਰਾ ਪਾ ਲਿਆ ਜਾਂਦਾ ਹੈ ਘੇਰਾ ਪਾ ਕੇ ਹਮਲਾ ਬੋਲ ਦਿੱਤਾ ਜਾਂਦਾ ਤੇ ਅਲੀ ਵੇਗ ਜਿਹੜਾ ਹੁੰਦਾ ਉਸ ਸਮੇਂ ਤੇ ਸ਼ਰਾਬੀ ਸੀਗਾ ਸ਼ਰਾਬ ਪੀ ਰਿਹਾ ਸੀ ਤੇ ਜਿਹੜੀਆਂ ਕੁੜੀਆਂ ਨੂੰ ਕੈਦ ਕੀਤਾ ਹੋਇਆ ਸੀ ਉਹ ਨਾਚ ਕਰ ਰਹੀਆਂ ਸੀ ਉਹ ਜਿਹੜੀਆਂ ਦੋ ਨੌਜਵਾਨ ਲੜਕੀਆਂ ਹੁੰਦੀਆਂ ਉਹਨਾਂ ਨੂੰ ਛਡਾਉਣ ਦੇ ਨਾਲ-ਨਾਲ ਤਿੰਨ ਹੋਰ ਜਿਹੜੀਆਂ ਨੌਜਵਾਨ ਲੜਕੀਆਂ ਹੁੰਦੀਆਂ ਉਹਨਾਂ ਨੂੰ ਵੀ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਵੱਲੋਂ ਛਡਾ ਲਿਆ ਜਾਂਦਾ ਹੈ ਤੇ ਇਸ ਜੇ ਲੜਾਈ ਦੇ ਵਿੱਚ ਤਿੰਨ ਸਿੱਖ ਜਿਹੜੇ ਹੁੰਦੇ ਨੇ ਉਹ ਸ਼ਹੀਦ ਹੋ ਜਾਂਦੇ ਨੇ ਇਹਨਾਂ ਦੋਨੋਂ ਲੜਕੀਆਂ ਨੂੰ ਵਾਪਸ ਲਿਆ ਜਾਂਦਾ ਤੇ ਉਸਤੇ ਪਿਤਾ ਵੀ ਨਾਲ ਹੁੰਦੇ ਨੇ ਤੇ ਫਿਰ ਇਹਨਾਂ ਲੜਕੀਆਂ ਦਾ ਨਾਂ ਹੁੰਦਾ ਸਾਮੋ ਤੇ ਰਾਮੋ ਸਾਮੋ ਤੇ ਰਾਮੋ ਇਹ ਦੋ ਨੌਜਵਾਨ ਲੜਕੀਆਂ ਹੁੰਦੀਆਂ Hindu ਪਰਿਵਾਰ ਦੇ ਵਿੱਚੋਂ ਹੁੰਦੀਆਂ ਤੇ ਦੂਸਰੇ ਦਿਨ ਸਰਦਾਰ ਜੱਸਾ ਸਿੰਘ ਰਾਮਗੜੀ ਆ ਇਹਨਾਂ ਦੇ ਪਿਤਾ ਨੂੰ ਆਖਦੇ ਨੇ ਕਿ ਤੂੰ ਆਪਣੀਆਂ ਧੀਆਂ ਨੂੰ ਵਾਪਸ ਲੈ ਜਾ ਆਪਣੇ ਪਿੰਡ ਜਾਓ ਤੇ ਜਲਦੀ ਇਹਨਾਂ ਲਈ ਜੋਗਬਾਰ ਲੱਭ ਤੇ ਮੈਂ ਵੀ ਤੇਰੀ ਮਦਦ ਕਰਾਂਗਾ ਪਰ ਗਰੀਬ ਬ੍ਰਾਹਮਣ ਜਿਹੜਾ ਹੁੰਦਾ ਉਹ ਆਖਦਾ ਹੈ ਕਿ ਸਰਦਾਰ ਸਾਹਿਬ ਜੇ ਮੈਂ ਪਿੰਡ ਜਾਵਾਂਗਾ ਤਾਂ ਮੈਨੂੰ ਪਿੰਡ ਦੇ ਲੋਕ ਉਸ ਤਰ੍ਹਾਂ ਪ੍ਰਵਾਨ ਨਹੀਂ ਕਰਨਗੇ ਉਹ ਆਖਣਗੇ ਕਿ ਇਹ ਕੁੜੀਆਂ ਮੁਸਲਮਾਨ ਦੇ ਘਰ ਰਹਿ ਕੇ ਇਹਨਾਂ ਨੇ ਸਾਨੂੰ ਤਾਨੇ ਮੇਨੇ ਵੀ ਮਾਰਨਗੇ ਪਰ ਸਰਦਾਰ ਜੱਸਾ ਸਿੰਘ ਰਾਮਗੜੀਆ ਉਹਨਾਂ ਨੂੰ ਹੌਸਲਾ ਦਿੰਦੇ ਨੇ ਉਸ ਤੋਂ ਬਾਅਦ ਜਿਹੜਾ ਉਹ ਬ੍ਰਾਹਮਣ ਹੁੰਦਾ ਉਹ ਅਣਮਨਨੇ ਮਨ ਦੇ ਨਾਲ ਆਪਣੀਆਂ ਦੋਨੋਂ ਧੀਆਂ ਨੂੰ ਆਪਣੇ ਪਿੰਡ ਲੈ ਜਾਂਦਾ। ਉਹੀ ਹੁੰਦਾ ਜੋ ਕੁਝ ਉਹ ਪਹਿਲਾਂ ਕਹਿ ਰਿਹਾ ਸੀ ਉਸ ਨੂੰ ਉਹਨਾਂ ਨੂੰ ਪਿੰਡ ਦੇ ਵਿੱਚ ਪਰਵਾਣ ਨਹੀਂ ਕੀਤਾ ਜਾਂਦਾ। ਪਿੰਡ ਦੇ ਲੋਕ ਆਖਦੇ ਨੇ ਕਿ ਅਲੀ ਵੇਗ ਇਹਨਾਂ ਨੂੰ ਫੇਰ ਚੁੱਕ ਕੇ ਲੈ ਜਾਏਗਾ। ਤੂੰ ਇਹਨਾਂ ਨੂੰ ਅਲੀ ਵੇਗ ਦੇ ਕੋਲ ਹੀ ਸਾਡਾ। ਫੇਰ ਜਿਹੜਾ ਉਹ ਬ੍ਰਾਹਮਣ ਹੁੰਦਾ ਆਪਣੇ ਦੋਨੋਂ ਧੀਆਂ ਰਾਮੋ ਤੇ ਸਾਮੋ ਨੂੰ ਲੈ ਕੇ ਫੇਰ ਸਰਦਾਰ ਜੱਸਾ ਸਿੰਘ ਰਾਮਗੜੀਆ ਦੇ ਕੋਲ ਆਉਂਦਾ। ਫਿਰ ਸਰਦਾਰ ਜੱਸਾ ਸਿੰਘ ਰਾਮਗੜੀ ਆਖਦਾ ਹੈ ਕਿ ਉਹੀ ਸਭ ਕੁਝ ਹੋਇਆ ਜੋ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਫਿਰ ਉਸ ਸਮੇਂ ਤੇ ਸਾਮੋ ਬੋਲਦੀ ਹੈ ਉਹ ਕਹਿੰਦੀ ਮੈਂ ਤੁਹਾਡੇ ਹੀ ਦਰਬਾਰ ਦੇ ਵਿੱਚ ਰਹਾਂਗੀ ਮੈਂ ਉਸ ਪਿੰਡ ਦੇ ਵਿੱਚ ਨਹੀਂ ਰਹਾਂਗੀ ਜੋ ਆਪਣੀਆਂ ਧੀਆਂ ਦੀ ਇੱਜ਼ਤ ਵੀ ਨਹੀਂ ਵਚਾ ਸਕੇ ਜੋ ਸਾਡੇ ਮੱਦਤ ਲਈ ਕੋਈ ਵੀ ਅੱਗੇ ਨਹੀਂ ਆਇਆ ਤਾਂ ਫਿਰ ਸਰਦਾਰ ਜੱਸਾ ਸਿੰਘ ਰਾਮਗੜੀ ਆਖਦੇ ਨੇ ਕਿ ਮੇਰੀਆਂ ਧੀਆਂ ਨੇ ਤੇ ਬ੍ਰਾਹਮਣ ਨੂੰ ਆਖਦੇ ਨੇ ਕਿ ਤੂੰ ਪਿੰਡ ਚੱਲਿਆ ਜਾ ਉਸ ਤੋਂ ਬਾਅਦ ਰਾਮੋ ਤੇ ਸਾਮੋ ਜਿਹੜੀਆਂ ਹੁੰਦੀਆਂ ਨੇ ਉਹ ਦੋਨੇ ਹੀ ਉੱਥੇ ਰਹਿੰਦੀਆਂ ਨੇ ਗੁਰਬਾਣੀ ਪੜ੍ਹਦੀਆਂ ਨੇ ਬਹੁਤ ਜਲਦੀ ਜਿਹੜੀ ਸਾਮੋ ਹੁੰਦੀ ਆ ਉਹ ਘੋੜਸਵਾਰੀ ਵੀ ਸਿੱਖ ਲੈਂਦੀ ਆ ਲੰਗਰ ਦੇ ਵਿੱਚ ਸੇਵਾ ਕਰਦੀਆਂ ਨੇ ਤੇ ਹੌਲੀ-ਹੌਲੀ ਉਹ ਸਿੱਖੀ ਸਰੂਪ ਦੇ ਵਿੱਚ ਆ ਜਾਂਦੀਆਂ ਨੇ ਤੇ ਫਿਰ ਇਹਨਾਂ ਦਾ ਦੋਨੋਂ ਦਾ ਨਾਮ ਇੱਕ ਦਾ ਨਾਮ RAMKOUR ਰੱਖਿਆ ਜਾਂਦਾ ਤੇ ਇੱਕ ਦਾ ਨਾਮ BIBI SHAMSHER KAUR ਸ਼ਾਮੂ ਦਾ ਨਾਮ ਬੀਬੀ ਸ਼ਮਸ਼ੇਰ ਕੌਰ ਰੱਖਿਆ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਦੇ ਵਿਆਹ ਵੀ ਕਰ ਦਿੱਤੇ ਜਾਂਦੇ ਨੇ ਇਹਨਾਂ ਦੀ ਰਜਾ ਮੰਦੀ ਦੇ ਨਾਲ ਆਨੰਦ ਕਾਰਜ ਹੁੰਦੇ ਨੇ ਉਸ ਤੋਂ ਬਾਅਦ ਕੀ ਹੁੰਦਾ ਹੈ 1785 ਦੇ ਵਿੱਚ ਸੂਕਰ ਚੱਕੀਆ ਮਿਸਲ ਦਾ ਮੁਖੀ ਹੁੰਦਾ ਮਹਾ ਸਿੰਘ ਉਹ ਸਰਦਾਰ ਜੱਸਾ ਸਿੰਘ ਰਾਮਗੜੀਆ ਨੂੰ ਸੁਨੇਹਾ ਭੇਜਦਾ ਤੇ ਆਖਦਾ ਹੈ ਕਿ ਉਸ ਦਾ ਖੁੱਸਿਆ ਹੋਇਆ ਇਲਾਕਾ ਜਿਹੜਾ ਉਸ ਨੂੰ ਦੁਬਾਰਾ ਵਾਪਸ ਦਵਾ ਦਿੱਤਾ ਜਾਵੇਗਾ ਕਿਉਂਕਿ ਉਸ ਸਮੇਂ ਤੇ ਕਨਈਆ ਮਿਸਲ ਦੇ ਨਾਲ ਸੂਕਰ ਚੱਕੀਆ ਮਿਸਲ ਦੀ ਆਣਬਣ ਹੋ ਗਈ ਸੀ ਫਿਰ ਸਰਦਾਰ ਜੱਸਾ ਸਿੰਘ ਰਾਮਗੜੀਆ ਵਾਪਸ ਆਪਣੇ ਇਲਾਕੇ ਦੇ ਵੱਲ ਵਧਦਾ ਉਹਦੇ ਨਾਲ ਸ਼ਮਸ਼ੇਰ ਕੌਰ ਉਸ ਦਾ ਪਤੀ ਵੀ ਸੀ ਤੁਸੀਂ ਦੀਆਂ ਫੌਜਾਂ ਵੀ ਸਨ ਫਿਰ ਉਸ ਤੇ ਇਲਾਕੇ ਦੇ ਵਿੱਚ ਲੜਾਈ ਹੁੰਦੀ ਹੈ ਉਸ ਲੜਾਈ ਦੇ ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਦੀ ਜਿੱਤ ਹੁੰਦੀ ਹੈ ਉਸ ਲੜਾਈ ਦੇ ਵਿੱਚ ਜਿਹੜੀ ਸ਼ਮਸ਼ੇਰ ਕੌਰ ਹੁੰਦੀ ਹੈ ਬੀਬੀ ਸ਼ਮਸ਼ੇਰ ਕੌਰ ਜੋਰ ਵਿਖਾਉਂਦੀ ਹੈ ਤੇ ਉਸੇ ਖੁਸ਼ੀ ਦੇ ਵਿੱਚ ਹੀ ਸਰਦਾਰ ਜੱਸਾ ਸਿੰਘ ਰਾਮਗੜੀਆ ਉਸ ਨੂੰ ਪੰਜ ਪਿੰਡ ਦੇ ਦਿੰਦੇ ਨੇ ਅਸਾਰ ਇਲਾਕੇ ਦੇ ਵਿੱਚ ਜਿਸ ਇਲਾਕੇ ਦੇ ਉਹ ਰਹਿਣ ਵਾਲੇ ਹੁੰਦੇ ਨੇ ਤੇ ਉਹ ਵਾਪਸ ਆਪਣੇ ਇਲਾਕੇ ਦੇ ਵਿੱਚ ਆਉਂਦੀ ਹੈ ਸਿੱਖੀ ਦਾ ਪ੍ਰਚਾਰ ਕਰਦੀ ਹੈ ਲੋਕਾਂ ਦੀ ਮਦਦ ਕੀਤੀ ਹੈ ਤੇ ਆਪਣੇ ਇਲਾਕੇ ਦੇ ਵਿੱਚ ਸਾਰ ਸਮੇਂ ਲੋਕਾਂ ਦੇ ਲਈ ਹਾਜ਼ਰ ਰਹਿੰਦੀ ਹੈ ਬੀਬੀ ਸ਼ਮਸ਼ੇਰ ਕੌਰ ਬੀਬੀ ਸ਼ਮਸ਼ੇਰ ਕੌਰ ਦੀ ਫਿਰ ਚਰਚਾ ਚੱਲ ਪੈਂਦੀ ਹੈ ਕਿ ਉਹ ਸਾਰੇ ਲੋਕਾਂ ਦੀ ਮਦਦ ਕਰਦੀ ਹੈ ਤੇ ਕਿਸੇ ਵੀ ਧੀ ਦੇ ਨਾਲ ਉਹ ੱੱਕਾ ਨਹੀਂ ਹੋਣ ਦਿੰਦੀ ਫਿਰ ਕੀ ਹੁੰਦਾ ਕੋਟ ਅਲੀ ਖਾਨ ਦਾ ਸਰਦਾਰ ਹੁੰਦਾ ਮੁਹੰਮਦ ਅਲੀ ਉਸ ਦਾ ਇੱਕ ਨੌਕਰ ਹੁੰਦਾ ਹੈਦਰ ਤੇ ਹੈਦਰ ਦੀ ਧੀ ਹੁੰਦੀ ਹੈ ਰਜ਼ੀਆ ਜਿਹੜਾ ਮੁਹੰਮਦ ਅਲੀ ਹੁੰਦਾ ਉਹ ਆਪਣੇ ਹੀ ਨੌਕਰ ਹੈਦਰ ਦੀ ਧੀ ਰਜ਼ੀਆ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੁੰਦਾ ਤੇ ਉਹ ਹੈਦਰ ਨੂੰ ਆਖਦਾ ਕਿ ਉਸ ਦੀ ਧੀ ਦੇ ਨਾਲ ਉਸ ਦਾ ਵਿਆਹ ਹੋਵੇਗਾ ਪਰ ਉਹ ਹੈਦਰ ਆਖਦਾ ਕਿ ਤੁਹਾਡੇ ਪਹਿਲਾਂ ਹੀ ਕਿੰਨੇ ਵਿਆਹ ਹੋਏ ਨੇ ਮੈਂ ਆਪਣੀ ਧੀ ਦਾ ਰਿਸ਼ਤਾ ਤੁਹਾਨੂੰ ਕਿਵੇਂ ਦੇ ਦੇਮਾ ਉਸ ਦੀ ਧੀ ਜਿਹੜੀ ਰਜ਼ੀਆ ਹੁੰਦੀ ਆ ਉਹ ਵੀ ਨਹੀਂ ਮੰਨਦੀ ਮੁਹੰਮਦ ਅਲੀ ਬڑے ਗੁੱਸੇ ਦੇ ਵਿੱਚ ਆਉਂਦਾ ਹੈ ਤੇ ਉਹ ਆਪਣੇ ਹੀ ਨੌਕਰ ਹੈਦਰ ਨੂੰ ਕੈਦ ਕਰ ਦਿੰਦਾ ਜੇਲ੍ਹ ਦੇ ਵਿੱਚ ਬੰਦ ਕਰ ਦਿੰਦਾ ਉਸ ਤੋਂ ਬਾਅਦ ਜਿਹੜੀ ਹੈਦਰ ਦੀ ਧੀ ਹੁੰਦੀ ਹੈ ਤੇ ਉਸਤੇ ਘਰਵਾਲੀ ਹੁੰਦੀ ਆ ਉਹ ਪਿੰਡ ਦੇ ਵਿੱਚੋਂ ਭੱਜ ਜਾਂਦੀਆਂ ਤੇ ਮੁਹੰਮਦ ਅਲੀ ਜਿਹੜਾ ਹੁੰਦਾ ਉਹ ਹੁਕਮ ਦਿੰਦਾ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਲਿਆਂਦਾ ਜਾਵੇ ਮੁਹੰਮਦ ਅਲੀ ਦੇ ਜਿਹੜੇ ਸੈਨਿਕ ਹੁੰਦੇ ਨੇ ਉਹ ਜਾਂਦੇ ਨੇ ਤੇ ਇੱਕ ਜਗ੍ਹਾ ਦੇ ਉੱਤੋਂ ਉਸ ਦੀ ਧੀ ਰਜ਼ੀਆ ਤੇ ਉਸ ਦੀ ਘਰਵਾਲੀ ਹੈਦਰ ਦੀ ਉਲੱਭ ਜਾਂਦੀਆਂ ਨੇ ਤੇ ਉਹ ਗ੍ਰਫਤਾਰ ਕਰਕੇ ਵਾਪਸ ਲਿਆ ਰਹੇ ਹੁੰਦੇ ਨੇ ਤੇ ਉਸ ਸਮੇਂ ਦੇ ਉੱਤੇ ਹੀ ਬੀਬੀ ਸ਼ਮਸ਼ੇਰ ਕੌਰ ਕੁਸਿੰਘਾਂ ਦੇ ਨਾਲ ਆ ਰਹੀ ਹੁੰਦੀ ਹੈ ਤੇ ਜਦੋਂ ਹੀ ਉਹਨਾਂ ਸੈਨਿਕਾਂ ਨੂੰ ਪੁੱਛਦੀ ਹੈ ਕਿ ਇਹ ਔਰਤਾਂ ਕੌਣ ਨੇ ਤਾਂ ਉਹ ਕਹਿੰਦੇ ਨਹੀਂ ਨਹੀਂ ਕਰਦੇ ਆ ਕਰਦੇ ਆ ਹੀ ਜਿਹੜੀ ਰਜ਼ੀਆ ਹੁੰਦੀ ਉਹ ਸਭ ਕੁਝ ਦੱਸ ਦਿੰਦੀ ਹੈ ਕਿ ਸਾਨੂੰ ਗ੍ਰਿਫਤਾਰ ਕਰਕੇ ਉਲ ਜਾ ਰਹੇ ਨੇ ਇਸ ਇਸ ਤਰ੍ਹਾਂ ਮੇਰੇ ਨਾਲ ੱੱੱਕਾ ਹੋ ਰਿਹਾ ਹੈ ਉਸੇ ਸਮੇਂ ਦੇ ਉੱਤੇ ਹੀ ਉਹ ਦੋਨੋਂ ਮਾਵਾਂ ਧੀਆਂ ਨੂੰ ਛੁਡਾ ਲਿਆ ਜਾਂਦਾ ਹੈ ਤੇ ਉਹਨਾਂ ਸੈਨਿਕਾਂ ਨੂੰ ਸੁਨੇਹਾ ਲਾ ਦਿੱਤਾ ਜਾਂਦਾ ਹੈ ਕਿ ਜਲਦੀ ਤੋਂ ਜਲਦੀ ਉਸਦੇ ਪਿਤਾ ਨੂੰ ਰਿਹਾ ਕਰ ਦਿੱਤਾ ਜਾਵੇ ਨਹੀਂ ਉਸਤੇ ਸਾਰੇ ਖਾਨਦਾਨ ਨੂੰ ਖਤਮ ਕਰ ਦਿੱਤਾ ਜਾਵੇਗਾ ਪਰ ਇਸ ਤਰ੍ਹਾਂ ਦਾ ਨਹੀਂ ਹੁੰਦਾ ਕਿਉਂਕਿ ਜਿਹੜਾ ਮੁਹੰਮਦ ਅਲੀ ਹੁੰਦਾ ਉਸ ਦੇ ਵਿੱਚ ਬਹੁਤ ਜ਼ਿਆਦਾ ਹੰਕਾਰ ਹੁੰਦਾ ਤੇ ਫਿਰ ਬੀਬੀ ਸ਼ਮਸ਼ੇਰ ਕੌਰ ਆਪਣੇ ਸਿੰਘਾਂ ਦੇ ਨਾਲ ਉਸ ਦੀ ਹਵੇਲੀ ਦੇ ਉੱਤੇ ਧਾਵਾ ਬੋਲ ਦਿੰਦੀ ਹੈ ਆਸੇ ਪਾਸੇ ਤੇ ਜਿੰਨੇ ਵੀ ਦਰਖਤ ਹੁੰਦੇ ਐ ਸਿੰਘ ਰੁੱਖਾਂ ਦੇ ਉੱਤੇ ਚੜ ਕੇ ਜਕਾਰੇ ਬੋਲਦੇ ਨੇ ਉਸ ਤੋਂ ਬਾਅਦ ਜਿਹੜਾ ਮੁਹੰਮਦ ਅਲੀ ਹੁੰਦਾ ਉਹ ਵੀ ਸ਼ਰਾਬੀ ਹਾਲ ਦੇ ਵਿੱਚ ਹੁੰਦਾ ਹਮਲਾ ਹੁੰਦਾ ਤੇ ਉਸ ਤੋਂ ਬਾਅਦ ਉਸਤੇ ਪਿਤਾ ਨੂੰ ਰਹਾ ਕਰ ਦਿੱਤਾ ਜਾਂਦਾ ਜੇਲ੍ਹ ਦੀਆਂ ਚਾਂਬੀਆਂ ਮੁਹੰਮਦ ਅਲੀ ਦੇ ਵੱਲੋਂ ਸ਼ਮਸ਼ੇਰ ਕੌਰ ਨੂੰ ਦੇ ਦਿੱਤੀਆਂ ਜਾਂਦੀਆਂ ਉਸ ਨੂੰ ਇਸ ਸ਼ਰਤ ਦੇ ਉੱਤੇ ਬਖਸ਼ ਦਿੱਤਾ ਜਾਂਦਾ ਕਿ ਅੱਗੇ ਤੋਂ ਅਜਿਹੇ ਕੰਮ ਨਹੀਂ ਕਰੇਗਾ ਤੇ ਬੀਬੀ ਸ਼ਮਸ਼ੇਰ ਕੌਰ ਜਿਹੜੀ ਹੁੰਦੀ ਆ ਉਹ ਰਜ਼ੀਆ ਤੇ ਉਸਤੇ ਬਾਪ ਅਤੇ ਉਸਦੀ ਮਾਂ ਨੂੰ ਆਪਣੇ ਕੋਲ ਰੱਖਦੀ ਆ ਮੁਹੰਮਦ ਅਲੀ ਉਸ ਸਮੇਂ ਦੇ ਉੱਤੇ ਤਾਂ ਮਾਫੀ ਮੰਗ ਕੇ ਜਾਣ ਸੁਣਵਾ ਲੈਂਦਾ ਪਰ ਉਹ ਇਸ ਗੱਲ ਤੋਂ ਬਹੁਤ ਖਿਜਦਾ ਕਿ ਕਿਵੇਂ ਉਸ ਨੂੰ ਇੱਕ ਔਰਤ ਨੇ ਹਰਾ ਦਿੱਤਾ ਉਸ ਤੋਂ ਬਾਅਦ ਕੀ ਹੁੰਦਾ ਉਹ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਕਰਦਾ ਬਦਮਾਸ਼ ਇਕੱਠੇ ਕਰਦਾ ਚੋਰ ਇਕੱਠੇ ਕਰਦਾ ਤੇ ਜਿਹੜੇ ਵੀ ਉਸਤੇ ਸੈਨਿਕ ਹੁੰਦੇ ਨੇ ਉਹ ਬੀਬੀ ਸ਼ਮਸ਼ੇਰ ਕੌਰ ਦੇ ਉੱਤੇ ਤਾਵਾ ਬੋਲ ਦਿੰਦੇ ਨੇ ਜਦੋਂ ਹੀ ਤਾਵਾ ਬੋਲਦੇ ਨੇ ਤਾਂ ਉਸ ਸਮੇਂ ਤੇ ਮੁਹੰਮਦ ਅਲੀ ਆਖਦਾ ਕਿ ਤੂੰ ਸਾਹਮਣੇ ਆ ਕੇ ਲੜ ਤੇ ਉਸ ਸਮੇਂ ਤੇ ਫਿਰ ਬੀਬੀ ਸ਼ਮਸ਼ੇਰ ਕੌਰ ਬੋਲੇ ਸੋਨੇ ਹਾਲ ਦਾ ਝਕਾਰਾ ਲਾ ਕੇ ਮੈਦਾਨ ਦੇ ਵਿੱਚ ਆਉਂਦੀ ਹੈ ਤੇ ਪਹਿਲੇ ਹੀ ਹੱਲੇ ਦੇ ਵਿੱਚ ਮੁਹੰਮਦ ਅਲੀ ਦੀ ਜਦੋਂ ਕਿਰਪਾਨ ਟੁੱਟ ਜਾਂਦੀ ਹੈ ਤੇ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਉਸ ਦੇ ਨਾਲ ਆਏ ਹੁੰਦੇ ਨੇ ਉਹ ਭੱਜ ਜਾਂਦੇ ਨੇ ਉਸ ਦੇ ਵਿੱਚ ਗੈਗਾਚਮੀ ਲੜਾਈ ਹੁੰਦੀ ਹੈ ਉਸ ਦੇ ਵਿੱਚ ਦੋਨੋਂ ਤਰ੍ਹਾਂ ਦਾ ਬਹੁਤ ਨੁਕਸਾਨ ਹੁੰਦਾ ਉਸੇ ਗੈਗਾਚਮੀ ਲੜਾਈ ਦੇ ਵਿੱਚ ਹੀ ਬੀਬੀ ਸ਼ਮਸ਼ੇਰ ਕੌਰ ਦਾ ਪਤੀ ਵੀ ਸ਼ਹੀਦੀ ਪਾ ਜਾਂਦਾ ਹੈ ਤੇ ਬੀਬੀ ਸ਼ਮਸ਼ੇਰ ਕੌਰ ਗੁਰੂ ਦਾ ਭਾਣਾ ਮੰਨ ਕੇ ਇਸ ਨੂੰ ਮਿੱਠਾ ਕਰਕੇ ਮੰਨਦੀ ਹੈ ਉਸ ਤੋਂ ਬਾਅਦ ਬੀਬੀ ਸ਼ਮਸ਼ੇਰ ਕੌਰ ਇਕੱਲੀ ਰਹਿ ਜਾਂਦੀ ਹੈ ਫਿਰ ਕੀ ਹੁੰਦਾ ਮਰਠੇ ਪੱਛਮੀ ਭਾਰਤ ਵੱਲੋਂ ਆਉਂਦੇ ਨੇ ਤੇ ਉਹ ਆਗਰੇ ਨੂੰ ਜਿੱਤ ਲੈਂਦੇ ਨੇ ਤੇ ਫਿਰ ਪੰਜਾਬ ਦੇ ਵੱਲ ਵੀ ਕਦਮ ਵਧਾਉਂਦੇ ਨੇ ਤੇ ਛੇੜੇ ਛੋਟੇ ਛੋਟੇ ਸਰਦਾਰ ਹੁੰਦੇ ਨੇ ਉਸ ਸਮੇਂ ਪੰਜਾਬ ਦੇ ਵਿੱਚ ਉਹਨਾਂ ਨੂੰ ਸੁਨੇਹੇ ਭੇਜਦੇ ਨੇ ਕਿ ਤੁਸੀਂ ਆਪੋ ਆਪਣੇ ਇਲਾਕੇ ਛੱਡ ਦੇਵੋ ਉਸ ਸਮੇਂ ਤੇ ਬੀਬੀ ਸ਼ਮਸ਼ੇਰ ਕੌਰ ਇਲਾਕਾ ਨਹੀਂ ਛੱਡਦੀ ਤੇ ਫਿਰ ਬੀਬੀ ਸ਼ਮਸ਼ੇਰ ਕੌਰ ਸੋਚਦੀ ਹੈ ਕਿ ਇਲਾਕਾ ਛੱਡਣ ਦੇ ਨਾਲੋਂ ਈਨ ਮੰਨਣ ਦੇ ਲਾ ਨੂੰ ਮੈਦਾਨ ਦੇ ਵਿੱਚ ਲੜਿਆ ਜਾਵੇ ਫਿਰ ਮੈਦਾਨ ਦੇ ਵਿੱਚ ਲੜਾਈ ਹੁੰਦੀ ਹੈ ਤੇ ਉਸ ਲੜਾਈ ਦੇ ਵਿੱਚ ਹੀ ਬੀਬੀ ਸ਼ਮਸ਼ੇਰ ਕੌਰ ਦੀ ਸ਼ਹੀਦੀ ਹੋ ਜਾਂਦੀ ਹੈ ਏ ਸੀ ਬੀਬੀ ਸ਼ਮਸ਼ੇਰ ਕੌਰ ਜਿਹੜੀ ਕਿ ਸਾਮੋ ਤੋਂ ਇੱਕ ਹਿੰਦੂ ਪਰਿਵਾਰ ਦੇ ਵਿੱਚੋਂ ਸ਼ਮਸ਼ੇਰ ਕੌਰ ਬਣੀ ਸੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਦਿਓ ਆਗਿਆ ਜੀ ਧੰਨਵਾਦ